ਦੇ ਅੰਦਰ ਬੁਲਬੁਲ ਬੋਲੇ ਜਿਹਦੇ ਨਾਲ ਬੋਲੇਂਦੀ ਲਾਲੀ ਬਾਗ ਦੇ ਅੰਦਰ ਬੁਲਬੁਲ ਬੋਲੇ ਜਿਹਦੇ ਨਾਲ ਬੋਲੇਂਦੀ ਲਾਲੀ ਜਿਨ੍ਹਾਂ ਦਾ ਨਾ ਕੋਈ ਮੁਹੰਮਦ ਤੇ ਰੱਬ ਉਹਨਾਂ ਦਾ ਵਾਲੀ ਉੱਡ ਜਾਣੇ ਇਹ ਸਭ ਰੰਗ ਰੰਗੀਲੇ ਇੱਕ ਨਾਮ ਅੱਲਾ ਦਾ ਰਹਿਣਾ ਉੱਡ ਜਾਣੇ ਇਹ ਸਭ ਰੰਗ ਰੰਗੀਲੇ ਇੱਕ ਨਾਮ ਅੱਲਾ ਦਾ ਰਹਿਣਾ ਦਮ ਦਮ ਦੇ ਨਾਲ ਮੁਹੰਮਦ ਬਖਸ਼ਾ ਅਸੀਂ ਅੱਲਾ ਹੀ ਅੱਲਾ ਕਹਿਣਾ ਇੱਕ ਸ਼ਾਇਰ ਨੇ ਲਿਖਿਆ ਕਿ ਤੇਰੀ ਵੰਡ ਤੋਂ ਮਾਲਕਾ ਜਾਵਾ ਸਦਕੇ ਪਿਆ ਕਰਮ ਕਰਨਾ ਏ ਸੱਚੀਆਂ ਕੂੜੀਆਂ ਤੇ ਇੱਕ ਕਾਲੀਆਂ ਰੱਜ ਕੇ ਕਾਲੀਆਂ ਨੇ ਰੂਪ ਕਿਸੇ ਦਾ ਰੰਗ ਨਾ ਗੂੜੀਆਂ ਤੇ ਸੁੱਕੇ ਟੁੱਕਰ ਰਾਤ ਦੇ ਕੋਈ ਖਾਵੇ ਕੋਈ ਸਦਾ ਵਸਦਾ ਏ ਹਲਵੇ ਪੂੜੀਆਂ ਤੇ ਇੱਕ ਸੋਨੇ ਥੀ ਭਰੀਆਂ ਵੀ ਕਰਨ ਛਿਕਵੇ ਇੱਕ ਸੋਨੇ ਥੀ ਭਰੀਆਂ ਵੀ ਕਰਨ ਛਿਕਵੇ ਇੱਕ ਰਾਜ਼ੀ ਨੇ ਕੱਚ ਦੀਆਂ ਚੂੜੀਆਂ ਤੇ ਇੱਕ ਮਖਮਲੀ ਸੇਜ ਤੇ ਸੌਂਦੀਆਂ ਨੇ ਇੱਕ ਉਮਰਾਂ ਹੀ ਲੰਘਾ ਗਈਆਂ ਫੂੜੀਆਂ ਤੇ ਅਰਫਾਨ ਅਲੀ ਕੱਟ ਜਾਂਦੇ ਦਿਨ ਜ਼ਿੰਦਗੀ ਦੇ ਕਈ ਮਹਿਲ ਅੰਦਰ ਤੇ ਕਈ ਰੂੜੀਆਂ ਤੇ ਲਓ ਜਨਾਬ ਸਭ ਤੋਂ ਪਹਿਲਾਂ ਅੱਲਾ ਪਾਕ ਔਰ ਉਸਦੇ ਹਬੀਬ ਦੀ ਹਮਦੋ ਸੁਨਾ ਕਰਾਂਗੇ ਫਿਰ ਉਸ ਤੋਂ ਬਾਅਦ ਇਹ ਸ਼ਾਦੀ ਦਾ ਮਹਿੰਦੀ ਦੇ ਮੌਕੇ ਦਾ ਗੀਤ ਜਨਾਬ ਦੇ ਸਾਹਮਣੇ ਪੇਸ਼ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਸਾਡੇ ਬਜ਼ੁਰਗ ਤੁਹਾਡੇ ਸਾਹਮਣੇ ਕੋਈ ਰਾਗ ਦੀ ਦਾਸਤਾਨ ਵੀ ਪੇਸ਼ ਕਰਨਗੇ ਲਓ ਜਨਾਬ ਇੱਕ ਸ਼ਾਇਰ ਨੇ ਲਿਖਿਆ ਕਿ ਵਾਹ ਵਾਹ ਸਿਫਤਾਂ ਤੇਰੀਆਂ ਮਾਲਕਾ ਤੂੰ ਅੱਲਾ ਪਾਕ ਸਦਾਵੇਂ ਹਾਜ਼ਰ ਨਾਜ਼ਰ ਤੇ ਖਾਲਕ ਮਾਲਕ ਬੇਪਰਵਾਹ ਕਹਾਵੇਂ ਐਸ ਦੁਨੀਆਂ ਦਾ ਬਾਗ ਸਜਾ ਕੇ ਮਾਲੀ ਖੁਦ ਮੁਖਤਾਰ ਸਦਾਵੇਂ ਹਰ ਹਰ ਦੇ ਵਿੱਚ ਚਮਕਾ ਮਾਰ ਕੇ ਤੇ ਨੂਰ ਆਪਣਾ ਚਮਕਾਵੇਂ ਮੌਲਾ ਜਿੱਧਰ ਦੇਖਦਾ ਉਸ ਪਾਸੇ ਤੂੰ ਹੀ ਨਜ਼ਰ ਆਉਣਾ ਤੂੰ ਤੇ ਗੈਰਾਂ ਦੇ ਭਰਮ ਮਿਟਾਵੇਂ ਕਿਤੇ ਆਸ਼ਕ ਬਣ ਬਣ ਬਹਿਨਾ ਏ ਕਿਤੇ ਮਾਸ਼ੂਕ ਸਦਾਵੇਂ ਐ ਮਾਰ ਕੇ ਠੋਕਰ ਅੱਖੀਆਂ ਵਾਲੀ ਆਸ਼ਕ ਨੂੰ ਤੜਪਾਵੇਂ ਕਿਤੇ ਤਖ਼ਤ ਤੋਂ ਸਿੱਟਦਾ ਬਾਦਸ਼ਾਹ ਕਿਤੇ ਫੇਰ ਤਖ਼ਤੀ ਚੱਕ ਬਿਠਾਵੇਂ ਹੱਥ ਵਿੱਚ ਕਾਸਾ ਦੇ ਕੇ ਬਾਦਸ਼ਾਹਾਂ ਤੋਂ ਭੀਖ ਮੰਗਾਵੇਂ ਕਿਤੇ ਲੱਭਿਆ ਹੱਥ ਨਹੀਂ ਆਵਦਾ ਕਿਤੇ ਵਿਛੜੇ ਯਾਰ ਮਲਾਵੇ ਐ ਇੱਕ ਮੌਲਾ ਮੈਂ ਸਦਕੇ ਜਾਵਾਂ ਤੇਰੀਆਂ ਕੁਦਰਤਾਂ ਤੋਂ ਤੂੰ ਤਾਂ ਚਿੜੀਆਂ ਕੋ ਬਾਜ਼ ਮਰਾਵੇਂ ਬਦਾਸ ਵੇਲੇ ਕਿਹੜੇ ਜਵਾਬ ਕਰਕੇ ਦੱਸਦੇ ਆ ਅੰਬਲ ਨੂੰ ਦੇ
ਕਬਜ਼ੇ ਤੇ 30 ਪੈਣ ਨੂੰ ਲਾੜ ਲੜਾਈਏ ਨਾ ਜੇਕਰ ਆਪ ਗਰੀਬ ਕੰਗਾਲ ਹੋਈਏ ਪੱਗ ਚੌਧਰੀ ਨਾਲ ਵਟਾਈਏ ਨਾ ਤੇ ਚੋਰ ਯਾਰ ਦਾ ਨਾਮ ਸਾਹ ਖਾਈਏ ਜੂਏ ਬਾਗ ਨੂੰ ਕੋਲ ਬਿਠਾਈਏ ਨਾ ਭਾਈ ਹੁਣ ਤੇ ਬਦਲੇ ਲੈ ਲਈਏ ਨੀ ਕਸੂਤੀਆਂ ਗਾਲਾਂ ਕਦੇ ਜਗਾਈਏ ਨਾ ਛੱਡ ਜਾਣਾ ਏ ਮੇਲਾ ਦੁਨੀਆ ਦਾ ਖਾਲੀ ਪਿੰਜਰੇ ਇੰਜ ਲਟਕਾਈਏ ਨਾ ਤੇ ਬਿਨਾ ਮਤਲਬ ਕੋਈ ਨੀ ਯਾਰ ਬਣਦਾ ਕਈਆਂ ਨੂੰ ਯਾਰ ਬਣਾ ਕੇ ਵੇਖਿਆ ਏ ਤੇ ਤੋਤਾ ਜਦੋਂ ਵੀ ਛੱਡੀਏ ਉੱਡ ਜਾਂਦਾ ਕਈਆਂ ਚੂਰੀਆਂ ਪਾ ਕੇ ਵੇਖਿਆ ਏ ਡੰਗ ਮਾਰ ਨੂੰ ਕਦੇ ਨੀ ਸੱਪ ਰਹਿੰਦਾ ਕਈਆਂ ਦੁੱਧ ਪੜਾ ਕੇ ਵੇਖਿਆ ਏ ਮਜ਼ਾ ਆਉਂਦਾ ਨੀ ਅੱਲਾਹ ਦੇ ਜ਼ਿਕਰ ਵਰਗਾ ਬੜੇ ਵਾਜੇ ਵਜਾ ਕੇ ਦੇਖਿਆ ਏ ਮਸਜਿਦ ਆਖ ਦੇ ਰੱਬ ਦਾ ਘਰ ਹੁੰਦਾ ਤੇ ਕਈ ਵਾਰ ਮੈਂ ਜਾ ਕੇ ਦੇਖਿਆ ਏ ਘਰ ਰੱਬ ਦਾ ਮੂਮਨ ਦਾ ਦਿਲ ਹੁੰਦਾ ਜਿਹਨਾਂ ਨਜ਼ਰਾਂ ਝੁਕਾ ਕੇ ਦੇਖਿਆ ਏ ਛੱਡ ਜਾਣਾ ਏ ਮੇਲਾ ਦੁਨੀਆ ਦਾ ਇੱਥੇ ਬੜੀ ਉਮਰ ਹੰਡਾ ਕੇ ਵੇਖਿਆ ਏ ਲਓ ਜਨਾਬ ਇਸ ਦੁਨੀਆ ਦਾ ਮੇਲਾ ਇੱਕ ਦਿਨ ਸਭ ਨੇ ਛੱਡ ਕੇ ਜਾਣਾ ਐ ਹਾਜੀ ਫਰਜ਼ੰਦ ਲਈ ਉਹਨਾਂ ਦੇ ਬੇਟਿਆਂ ਨੇ ਉਹਨਾਂ ਦੀ ਯਾਦ ਤਾਜ਼ਾ ਕਰਨ ਵਾਸਤੇ ਕਿਉਂਕਿ ਉਹ ਜਿਹੜੇ ਬਜ਼ੁਰਗ ਸੀ ਅੱਲਾਹ ਪਾਕ ਉਹਨਾਂ ਦੀ ਕਬਰ ਤੇ ਕਰੋੜਾਂ ਰਹਿਮਤਾਂ ਕਰੇ ਉਹ ਇਸ ਰਾਗ ਦੇ ਬਹੁਤ ਸ਼ੌਕੀਨ ਸੀ ਇਹ ਘਰ ਵਾਲੇ ਦੀ ਤਰਫੋਂ ਹੁਕਮ ਆ ਕਿ ਅਸੀਂ ਉਹਨਾਂ ਦਾ ਇਹ ਯਾਦ ਤਾਜ਼ਾ ਕਰਨ ਵਾਸਤੇ ਇਹ ਜਨਾਬ ਸ਼ਾਦੀ ਤੇ ਪ੍ਰੋਗਰਾਮ ਬਣਾਇਆ ਅਸਤਾਰ ਸ਼ਰੀਫ ਦੇ ਰਾਗ ਦਾ ਲਓ ਜਨਾਬ ਇੱਥੋਂ ਹੀ ਇਹ ਦੁਨੀਆ ਦਾ ਮੇਲਾ ਇੱਕ ਦਿਨ ਜਿਸ ਤਰ੍ਹਾਂ ਉਹ ਛੱਡ ਕੇ ਗਏ ਆ ਸਭ ਨੇ ਛੱਡ ਕੇ ਜਾਣਾ ਇੱਥੇ ਤੇ ਵਾਰੀ ਲੱਗੀ ਆ ਇਨਸਾਨ ਦੀ ਕੋਈ ਆ ਰਿਹਾ ਕੋਈ ਜਾ ਰਿਹਾ ਤੇ ਇੱਕ ਮਹਮਦ ਬੂਟਾ ਸ਼ਹਿਰ ਹੋਇਆ ਪੰਜਾਬੀ ਦਾ ਜਿਹਨੇ ਆਪਣੀ ਸ਼ਾਇਰੀ ਦੇ ਵਿੱਚ ਲਿਖਿਆ ਕਿ ਜਦੋਂ ਅਗਲੇ ਪਾਸੇ ਜਾਣਾ ਤੇ ਕੀ ਵਰਤਾਰਾ ਹੋਣਾ ਬੰਦੇ ਦੇ ਨਾਲ ਉਹਨੇ ਲਿਖਿਆ ਕਿ ਮੈਂ ਸੁਣਿਆ ਏ ਪੀਆ ਦੇ ਦੇਸ ਅੰਦਰ ਕੁਛ ਇਹੋ ਜਿਹੀਆਂ ਮਿਲਣੀਆਂ ਯਾਰੀਆਂ ਨੇ ਇੱਕ ਕੋਠੜੀ ਮਿਲਣੀ ਏ ਰਹਿਣ ਖਾਤਰ ਜਿਹਦੇ ਨਾ ਮੂਹੇ ਤੇ ਨਾ ਬਾਰੀਆਂ ਨੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਅੱਜ ਉਹਨਾਂ ਵੀ ਬਾਜ਼ੀਆਂ ਹਾਰੀਆਂ ਨੇ ਤੇ ਜੰਜ ਹੰਝੂਆਂ ਦੀ ਟੁੱਕੀ ਏ ਆਣ ਵਿਹੜੇ ਅੰਦਰ ਰੂਹ ਦੀਆਂ ਹੁਣ ਤਿਆਰੀਆਂ ਨੇ ਕਿਸੇ ਚੱਲਿਆ ਨਾ ਕੋਈ ਪੇਸ਼ ਚੱਲੀ ਬਾਹਾਂ ਮੌਤ ਨੇ ਜਦੋਂ ਖਲਾਰੀਆਂ ਨੇ ਤੇ ਜਦੋਂ ਖਜ਼ਾਨੇ ਬਾਗ ਵਿੱਚ ਵਾਲ ਖੋਲੇ ਪੰਛੀ ਉੱਡ ਕੇ ਮਾਰ ਉਡਾਰੀਆਂ ਨੇ ਚਿੱਟੀ ਪਹਿਨ ਪੁਸ਼ਾਕ ਸੀ ਘਰੋਂ ਚੱਲੇ ਜਿੱਥੇ ਬੈਠ ਕੇ ਉਮਰਾਂ ਗੁਜ਼ਾਰੀਆਂ ਨੇ ਨਾਲ ਮਾਪਿਆਂ ਦੇ ਨਾਲ ਵੀ ਰੋਂਦੇ ਨਾਲ ਰੋਣ ਸਹੇਲੀਆਂ ਸਾਰੀਆਂ ਨੇ ਪਹਿਲੀ ਰਾਤ ਪਰਦੇਸ ਦੇ ਵਿੱਚ ਜਾ ਕੇ ਜਦ ਡਿੱਠੀਆਂ ਮੰਜ਼ਲਾਂ ਭਾਰੀਆਂ ਨੇ ਕੁੰਡ ਚੁੱਕ ਕੇ ਪੁੱਛਣਾ ਸਾਈਆਂ ਨੇ ਦੱਸ ਕਿੱਥੇ ਬੈਠ ਕੇ ਰਾਤਾਂ ਗੁਜ਼ਾਰੀਆਂ ਨੇ ਇੱਕ ਮੁਹੰਮਦ ਬੂਟਿਆ ਝੂਠਾ ਏ ਜੱਗ ਸਾਰਾ ਕੰਮ ਨੀ ਵਾਲੇ ਦੀਆਂ ਸੱਚੀਆਂ ਯਾਰੀਆਂ ਨੇ ਭਲਾ ਉਸ ਵੇਲੇ ਕਿਹੜੇ ਬਾਤ ਕਰਕੇ ਦੱਸਦੇ ਆ
ਗੱਲ ਦੀ ਗਾਲ ਬਣ ਜਾਏ ਬਿਨਾਂ ਗਾਲ ਦੇ ਪੰਗਾ ਨਹੀਂ ਹੋ ਸਕਦਾ ਤੇ ਬੜੇ ਵੇਖੇ ਨੇ ਸੇਕ ਦੇ ਧੁੱਪ ਗੋਰੇ ਪਰ ਮਸਤਾ ਵਾਂਗ ਕੋਈ ਨੰਗਾ ਨਹੀਂ ਹੋ ਸਕਦਾ ਬੜੇ ਵੇਖੇ ਨੇ ਸੇਕ ਦੇ ਧੁੱਪ ਗੋਰੇ ਮਸਤਾ ਵਾਂਗ ਕੋਈ ਨੰਗਾ ਨਹੀਂ ਹੋ ਸਕਦਾ ਹਿੰਦੂ ਸਿੱਖ ਮੁਸਲਮਾਨ ਇਹ ਤੇ ਵੱਖੋ ਵੱਖ ਹੋ ਗਏ ਤਿੰਨਾਂ ਬਾਅਦ ਤਿਰੰਗਾ ਨਹੀਂ ਹੋ ਸਕਦਾ ਜਿਹੜਾ ਕਿਸੇ ਨੂੰ ਕਵੇ ਬੁਰਾ ਯਾਰੋ ਖੁਦ ਆਪ ਵੀ ਚੰਗਾ ਨਹੀਂ ਹੋ ਸਕਦਾ ਤੇ ਜਿਹੜੀ ਗੱਲ ਸੀ ਰੱਬ ਰਸੂਲ ਦੱਸੀ ਉਸ ਗੱਲ ਨੂੰ ਅਸੀਂ ਮੁਸਲਮਾਨ ਭੁੱਲ ਗਏ ਕਿੱਥੋਂ ਆਏ ਸੀ ਜਾਣਾ ਹੈ ਕਿੱਥੇ ਉਸ ਮੰਜ਼ਲ ਦਾ ਪਤਾ ਨਿਸ਼ਾਨ ਭੁੱਲ ਗਏ ਹੱਕ ਕਿਸੇ ਦਾ ਖਾਣਾ ਸਾਨੂੰ ਯਾਦ ਰਹਿੰਦਾ ਪਰ ਹਸ਼ਰ ਦਾ ਅਸੀਂ ਮੈਦਾਨ ਭੁੱਲ ਗਏ ਗੈਰ ਮਜ਼ਹਬ ਕੋਲੋਂ ਸਲਾਮ ਅੱਜ ਲਵੇ ਕਰਜ਼ੇ ਤੋਬਾ ਤੋਬਾ ਮੁਸਲਮਾਨ ਸਲਾਮ ਦੀ ਸ਼ਾਨ ਭੁੱਲ ਗਏ ਇੱਕ ਗੱਲ ਤੇ ਦਾਇਮ ਰੋਣਾ ਬਹੁਤ ਆਉਂਦਾ ਜਿਹੜੇ ਪੜ੍ਹੇ ਸੀ ਪੜ੍ਹਨਾ ਕੁਰਾਨ ਭੁੱਲ ਗਏ ਤੇ ਮੰਦਾ ਬੋਲਣਾ ਕਿਤੇ ਬੋਲ ਬੈਠੀ ਹੁੰਦੇ ਖਸਮ ਨਾਰਾਜ਼ ਬੜ ਬੋਲੀਆਂ ਦੇ ਬੋਲੀ ਕਾਂ ਤੇ ਕੋਲ ਵੀ ਬੋਲਦੇ ਨੇ ਬੜਾ ਫਰਕ ਹੁੰਦਾ ਵਿੱਚ ਬੋਲੀਆਂ ਦੇ ਜਿਹੜੀ ਖਸਮ ਦੀ ਤਾਬਿਆਦਾਰ ਰਹੀਆਂ ਪੱਲੇ ਭਰ ਗਏ ਨੇ ਉਹਨਾਂ ਬੋਲੀਆਂ ਦੇ ਉਧਰ ਗਈਆਂ ਨੂੰ ਪੈਣ ਸਰਦਾਰ ਧੱਕੇ ਸ਼ਰਮਾ ਵਾਲੀਆਂ ਨੂੰ ਝੂਟੇ ਡੋਲੀਆਂ ਦੇ ਲਓ ਜਨਾਬ ਇਹ ਸਾਰੇ ਉਸ ਮੌਲਾ ਦੇ ਰੰਗ ਨੇ ਅੱਜ ਖੁਸ਼ੀ ਦਾ ਟਾਈਮ ਆਇਆ ਇਹਨਾਂ ਨੇ ਜਨਾਬ ਬੁਲਾਇਆ ਮਹਿੰਦੀ ਦੇ ਮੌਕੇ ਤੇ ਪ੍ਰੋਗਰਾਮ ਕਰਨਾ ਕਿਸ ਤਰ੍ਹਾਂ ਕਿ ਜਿਸ ਤਰ੍ਹਾਂ ਜਨਾਬ ਦੂਲੇ ਦੇ ਯਾਰ ਦੋਸਤ ਭੈਣ ਭਾਈ ਚਾਚੇ ਤਾਏ ਸਾਰੇ ਰਲ ਕੇ ਮਹਿੰਦੀ ਦੀ ਰਸਮ ਅਦਾ ਕਰਦੇ ਆ ਅਸੀਂ ਵੀ ਜਨਾਬ ਰਾਗ ਦੇ ਵਿੱਚ ਪੇਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹ ਦੋਸਤ ਮਹਿੰਦੀ ਲੈ ਕੇ ਆਏ ਆ ਕਿਸ ਤਰ੍ਹਾਂ ਭੰਗੜੇ ਪਾਉਂਦੇ ਆਏ ਆ ਇੱਥੋਂ ਹੀ ਅਸੀਂ ਲਿਖਿਆ ਕਿ ਮਹਿੰਦੀ ਸ਼ਗਨਾਂ ਦੀ ਅੱਜ ਲੈ ਕੇ ਸੱਜਣ ਆਏ ਮਹਿੰਦੀ ਸ਼ਗਨਾਂ ਦੀ ਫਿਰ ਯਾਰਾਂ ਜਸ਼ਨ ਮਨਾਏ ਉਸ ਵੇਲੇ ਕਿਹੜੇ ਜਸ਼ਨ ਮਨਾਉਂਦੇ ਆ ਜਦੋਂ ਹੀਰ ਨੂੰ ਖੇੜੇ ਵਿਆਹ ਕੇ ਲੈ ਗਏ
ਤੇ ਜਨਾਬ ਜਿਸ ਵਕਤ ਹੀਰ ਨੂੰ ਡੋਲੀ 'ਚ ਬਿਠਾਇਆ ਘਰੋਂ ਵਿਦਿਆ ਕਰਨ ਲੱਗੇ ਤੇ ਹੀਰ ਵੀ ਡੋਲੀ ਦੇ ਵਿੱਚ ਨਹੀਂ ਬਹਿੰਦੀ ਕੀ ਕਹਿੰਦੀ ਆ ਕਹਿੰਦੀ ਆ ਕਿ ਮਾਂ ਮੈਂ ਤੇ ਉਸ ਰਾਂਝੇ ਦੀ ਇਮਾਨਤ ਸੀ ਇਹ ਮੇਰੇ ਨਾਲ ਕਿਹੜਾ ਜ਼ੁਲਮ ਕਮਾ ਦਿੱਤਾ ਉੱਥੇ ਹੀਰ ਦੀ ਮਾਂ ਕਹਿੰਦੀ ਹੈ ਕਿ ਪੁੱਤਰ ਜਿੱਥੇ ਤੇਰੇ ਮਾਪਿਆਂ ਨੇ ਸ਼ਾਦੀ ਕੀਤੀ ਆ ਤੂੰ ਖੁਸ਼ੀ ਦੇ ਨਾਲ ਉੱਥੇ ਜਾ ਤੂੰ ਉਸ ਰਾਂਝੇ ਦੇ ਕੋਲੋਂ ਕੀ ਲੈਣਾ ਜਦੋਂ ਉਹਦੀ ਮਾਂ ਨੇ ਇਹ ਕਿਹਾ ਹੁਣ ਵਾਰੀ ਆ ਗਈ ਹੀਰ ਦੀ ਹੀਰ ਕਹਿੰਦੀ ਆ ਮਾਂ ਮੇਰੀਆਂ ਨਜ਼ਰਾਂ ਦੇ ਨਾਲ ਵੇਖ ਕੇ ਰਾਂਝਾ ਕੀ ਆ ਉੱਥੇ ਕਹਿੰਦੀ ਆ ਕਿ ਅੱਗਾ ਹੋ ਕੇ ਤੂੰ ਵੀ ਰੰਗਾ ਚੁੰਨੀ ਮੇਰੇ ਰਾਂਝੇ ਦੇ ਸਾਰੇ ਰੰਗ ਮਾਏ ਜਿਹੜਾ ਰਾਂਝੇ ਤੋਂ ਪਹਿਲਾਂ ਸੀ ਬੁੱਤਖਾਨਾ ਬੈਤੁੱਲਾ ਲੱਗੇ ਉਹ ਝੰਗ ਮਾਏ ਦੇਖ ਪਾਕ ਸ਼ਬੀਰ ਨੂੰ ਹੇਠ ਖੰਜਰ ਸਿੱਖ ਵੇਖਣੇ ਦਾ ਕੋਈ ਢੰਗ ਮਾਏ ਸੋਜ ਈਸਾ ਦੇ ਵਾਂਗ ਸਲੀਬ ਉੱਤੇ ਰਾਂਝਾ ਰਾਂਝਾ ਕੂਕੇ ਮੇਰਾ ਅੰਗ ਅੰਗ ਮਾਏ ਉਧਰ ਜਨਾਬ ਅੰਗ ਅੰਗ ਕੂਕਦੀ ਏਦਾਂ ਰਾਂਝਾ ਰਾਂਝਾ ਕੂਕਦੀ ਹੀਰ ਖੇੜਿਆਂ ਦੀ ਡੋਲੀ ਦੇ ਵਿੱਚ ਪਾ ਦਿੱਤੀ ਤੇ ਉਧਰ ਰਾਂਝਾ ਪਰਦੇਸੀ ਵੀ ਸੋਚਦਾ ਕਿ 12 ਸਾਲ ਮੱਝੀਆਂ ਚਾਰੀਆਂ ਐਵੇਂ ਗਈਆਂ ਤੇ ਫਿਰ ਦਿਲ ਦੇ ਨਾਲ ਦਲੀਲਾਂ ਕਰਦਾ ਕਿ ਕੋਈ ਐਸਾ ਮਕਰ ਫਰੇਬ ਬਣਾਈਏ ਜਿਹਦੇ ਨਾਲ ਜਾ ਕੇ ਹੀਰ ਦਾ ਦੀਦਾਰ ਕਰੀਏ ਰਾਂਝੇ ਤੁਰਦਿਆਂ ਹੋਇਆ ਵਿਚਾਰ ਕੀਤੀ ਕੋਈ ਹੋਰ ਫਰੇਬ ਬਣਾਈਏ ਜੀ ਵੱਟ ਬੂਟੀਆਂ ਟਿੱਲੇ ਦੀਆਂ ਪਾ ਬਗਲੀ ਧੁੱਪੇ ਰੱਖ ਕੇ ਚਾਹ ਸਕਾਈਏ ਜੀ ਚੂਨਾ ਪੀਸ ਕੇ ਬਿੱਲ ਵਿੱਚ ਪਾ ਲਈਏ ਤਬਾ ਸ਼ੀਰ ਦਾ ਰੰਗ ਵਿਖਾਈਏ ਜੀ ਇੱਕ ਸਿੱਟ ਦੀਆਂ ਜੜਾਂ ਨੂੰ ਕੁੱਟ ਕੇ ਤੇ ਜੜ ਪਾਣ ਦੀ ਆਗ ਸੁਣਾਈਏ ਜੀ ਛਾਣ ਪੀਸ ਕੇ ਕੁੱਟ ਕੇ ਪਾ ਬਗਲੀ ਹੋਕਾ ਵੈਦ ਦਾ ਜਾ ਦਵਾਈਏ ਜੀ ਕਿਸੇ ਫੰਦ ਫਰੇਬ ਜੇ ਮਿਲੇ ਪਿਆਰਾ ਟੂਣੇ ਜਾਦੂ ਸਹਿਰ ਪੜ ਜਾਈਏ ਜੀ ਮੀਏ ਲਾਲ ਸ਼ਹਿਬਾਦ ਹੁਸੈਨ ਵਾਂਗੂ ਐ ਵੰਗਾ ਚੂੜੀਆਂ ਨੱਤ ਚਾ ਪਾਈਏ ਜੀ ਵਿੱਚੋਂ ਮਜਲਸਾ ਉੱਠ ਕੇ ਵਾਂਗ ਮਜਨੂ ਪੈਰ ਕੁੱਤਿਆਂ ਦੇ ਚੁੰਮ ਆਈਏ ਜੀ ਦਸ ਯਾਰ ਪਿਆਰੇ ਦੇ ਵੇਖਣੇ ਨੂੰ ਵੈਦਾ ਜੋਗੀਆਂ ਦਾ ਭੇਸ ਵਟਾਈਏ ਜੀ ਵਾਰਿਸ ਸ਼ਾਹ ਯਾਰ ਦਾ ਉਦੋਂ ਵੀ ਦਾਰ ਪਾਈਏ ਜਦੋਂ ਆਪਣਾ ਆਪ ਗਵਾਈਏ ਜੀ ਲਓ ਜਨਾਬ ਰਾਂਝਾ ਆਪਣਾ ਆਪ ਗਵਾ ਕੇ ਜਦੋਂ ਹੀਰ ਦੇ ਦੁਆਰੇ ਤੇ ਜਾਂਦਾ ਇਸ ਤਰ੍ਹਾਂ ਜਨਾਬ ਸਦਾ ਕਰਨ ਵਾਸਤੇ ਜਾਂਦਾ ਹੀਰ ਦੀ ਨਣਾਨ ਸਿੱਧੀ ਨੇ ਦੇਖਿਆ ਉਹਨੇ ਕਿਹਾ ਕਿ ਇਹ ਜੋਗੀ ਕਿੱਥੋਂ ਆ ਗਿਆ ਲਓ ਜਨਾਬ ਉਹਦੀ ਸ਼ਕਲ ਦੇਖ ਕੇ ਕਹਿੰਦੀ ਆ ਕਿ ਵੇ ਜੋਗੀਆ ਤੂੰ ਮੇਰੀ ਸ਼ਕਲ ਤੋਂ ਜੋਗੀ ਨਹੀਂ ਲੱਗਦਾ ਇੱਕ ਜਨਾਬ ਉਸ ਮੌਕੇ ਤੇ ਉਹਨੂੰ ਪੁੱਛਦੀ ਆ ਵੇ ਜੋਗੀਆ ਤੂੰ ਮੈਨੂੰ ਇਹ ਗੱਲ ਦੱਸ ਦੇ ਤੂੰ ਕਿਹੜੀ ਗੱਲ ਤੋਂ ਮੁੰਦਰਾ ਪਾਈਆਂ ਉਸ ਵੇਲੇ ਕਿਹੜੇ ਜਵਾਬ ਕਰਕੇ ਦੱਸਦੀ ਆ
ਦੇ ਸਦਾ ਕਰਦਾ ਫਿਰਦਾ ਤੇ ਉਧਰ ਹੀਰ ਦੀ ਨਨਾਣ ਸੇਤੀ ਨੇ ਤੇ ਹੀਰ ਨੇ ਰਾਜ ਕੇ ਕੀ ਮਕਰ ਬਣਾਇਆ ਕਹਿਣ ਲੱਗੀਆਂ ਕਿ ਰੰਗ ਇਸ ਤਰ੍ਹਾਂ ਕਹਿਣ ਲੱਗੀਆਂ ਕਿ ਹੀਰ ਦੇ ਸੱਪ ਲੜ ਗਿਆ ਉਸੇ ਵੇਲੇ ਹੀਰ ਦੀ ਨਨਾਣ ਸੇਤੀ ਕਿਉਂ ਮਕਰ ਬਣਾਇਆ ਸੀ ਉਹ ਤੇ ਮਰਾਤ ਬਲੋਚ ਦੇ ਨਾਲ ਪਿਆਰ ਕਰਦੀ ਸੀ ਤੇ ਉਹਨੇ ਕਿਹਾ ਕਿ ਆ ਮਕਰ ਬਣਾਉਨੇ ਆ ਕਿ ਕੋਈ ਐਸਾ ਫਰੇਬ ਬਣਾਈਏ ਜਿਹਦੇ ਨਾਲ ਰਾਂਝਾ ਆਵੇ ਤੇ ਪਾੜ ਲਾ ਕੇ ਨਿਕਲ ਜਾਈਏ ਲਓ ਜਨਾਬ ਹੀਰ ਦੀ ਨਨਾਣ ਸੇਤੀ ਸਜਦੇ ਖੇੜੇ ਨੂੰ ਭੱਲਦੀ ਆ ਕਿ ਛੇਤੀ ਨਾਲ ਜਾ ਕੇ ਉਸ ਜੋਗੀ ਨੂੰ ਲੈ ਕੇ ਆ ਲਓ ਜਨਾਬ ਉਹ ਜੋਗੀ ਨੂੰ ਲੈ ਕੇ ਘਰ ਆ ਗਏ ਆ ਕੇ ਕਹਿਣ ਲੱਗੇ ਕਿ ਹੀਰ ਦੇ ਸੱਪ ਲੜ ਗਿਆ ਉਹਨੇ ਕਿਹਾ ਕਿ ਇੱਕ ਕੁਵਾਰੀ ਲੜਕੀ ਤੇ ਇੱਕ ਹੀਰ ਇੱਕ ਕਮਰੇ 'ਚ ਬੰਦ ਕਰ ਦਿਓ ਲਓ ਜਨਾਬ ਜਦੋਂ ਦੋਹਾਂ ਨੂੰ ਬੰਦ ਕੀਤਾ ਉਹਨਾਂ ਦੀ ਪਹਿਲੋ ਇਸਲਾਮ ਹੋਈ ਸੀ ਲਓ ਜਨਾਬ ਕੰਧ ਨੂੰ ਪਾੜ ਲਾਇਆ ਹੀਰ ਦੀ ਨਨਾਣ ਸੇਤੀ ਉਹ ਤੇ ਮਰਾਦ ਬਲੋਚ ਦੇ ਨਾਲ ਚਲੀ ਗਈ ਤੇ ਹੀਰ ਜਿਹੜੀ ਸੀ ਉਹ ਰਾਂਝਾ ਜੋਗੀ ਬਣ ਕੇ ਲੈ ਗਿਆ ਲਓ ਜਨਾਬ ਉਧਰ ਸਜਦੇ ਖੇੜੇ ਦਾ ਬਾਪ ਆਇਆ ਆ ਕੇ ਪੁੱਛਦਾ ਕਿ ਹੀਰ ਕਿੱਥੇ ਆ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਇੱਕ ਜੋਗੀ ਮੰਗਦਾ ਫਿਰਦਾ ਸੀ ਅਸੀਂ ਉਹਦੇ ਕੋਲੋਂ ਦਮ ਕਰਵਾਉਣ ਡਏ ਆ ਹੀਰ ਦੇ ਤੇ ਸੱਪ ਲੜ ਗਿਆ ਉਹਨੇ ਜਨਾਬ ਕਿਹਾ ਛੇਤੀ ਨਾਲ ਦਰਵਾਜ਼ਾ ਖੋਲੋ ਜਦੋਂ ਦਰਵਾਜ਼ੇ ਨੂੰ ਧੱਕਾ ਮਾਰ ਕੇ ਦੇਖਿਆ ਉੱਥੇ ਕੰਧ ਨੂੰ ਪਾੜ ਲੱਗਾ ਨਾ ਹੀ ਹੀਰ ਦੀ ਨਨਾਣ ਨਜ਼ਰ ਆਈ ਤੇ ਨਾ ਹੀ ਹੀਰ ਨਜ਼ਰ ਆਈ ਉਸ ਮੌਕੇ ਤੇ ਸਜਦਾ ਖੇੜਾ ਤੇ ਉਹਦਾ ਬਾਪ ਪਿੱਟਦੇ ਆ ਕਿ ਛੱਡ ਤਖਤ ਹਜ਼ਾਰੇ ਨੂੰ ਸੀ ਆ ਕੇ ਰਾਂਝੇ ਨੇ ਦੇਖੋ ਹੀਰ ਲੁੱਟ ਲਈ ਗੱਲ ਅਲਫੀ ਸੀ ਇਸ਼ਕ ਵਾਲੀ ਪਾ ਕੇ ਰਾਂਝੇ ਨੇ ਦੇਖੋ ਹੀਰ ਲੁੱਟ ਲਈ ਇੱਕ ਉਸ ਵੇਲੇ ਚੜੇ ਜਵਾਬ ਕਰਕੇ ਦੱਸਦੇ ਆ
ਇਹ ਜਿਹੜਾ ਰਾਗ ਸੀਗਾ ਜਿਹਨੂੰ ਅਸੀਂ ਠਕਰਾ ਗਏ ਹੁਣ ਮਗਰ ਸਾਰੇ ਨਹੀਂ ਅੱਜ ਕੱਲ ਦੀ ਨਸਲ ਜਿਹੜੀ ਇਸ ਰਾਗ ਨੂੰ ਬਹੁਤ ਪਿੱਛੇ ਕਰ ਗਈ ਇਹ ਕਹਿੰਦੇ ਵੀ ਸਮਝ ਨਹੀਂ ਸਾਨੂੰ ਆਉਂਦੀ ਲਓ ਜੀ ਮੈਂ ਸਮਝਦੀ ਗੱਲ